ਸੈਮੀਨਾਰ ਦੇ ਵਿੱਚ ਜਿਵੇਂ ਲੋਕਾਂ ਦਾ ਉਤਸ਼ਾਹ ਸੀ, ਇਕੱਠ ਸੀ, ਵਿਦਵਾਨਾਂ ਨੇ ਗੱਲਾਂ ਰੱਖੀਆਂ ਅਤੇ ਰਿਸਪੋਂਸ ਸੀ, ਉਹ ਇਹ ਗੱਲ ਦਾ ਬੜਾ ਸਪਸ਼ਟ ਹੈ ਕਿ ਅੱਜ ਸਮਾਂ ਐਸਾ ਆ ਗਿਆ ਕਿ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਣਾ ਇਤਿਹਾਸਕ ਰੋਲ ਨਿਭਾਉਣਾ ਪਏਗਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਬਣਦਾ ਇਤਿਹਾਸਕ ਰੋਲ ਨਿਭਾਉਣਾ ਪਏਗਾ। ਜਦੋਂ ਸੱਚ ਪ੍ਰਗਟ ਹੋ ਜਾਏ, ਸੱਚ ਸਾਹਮਣੇ ਆ ਜਾਏ ਤਾਂ ਉਹਨੂੰ ਲੁਕੋਇਆ ਨਹੀਂ ਜਾ ਸਕਦਾ। ਭਾਵੇਂ ਅਸੀਂ ਉਦੋਂ ਵੀ ਹੀਮਾ ਜਾਜਕਾ ਲਈ ਆਪਣੇ ਵੱਲੋਂ ਅਰਜੀ ਪੱਤਰ ਦਿੱਤਾ ਸੀ, ਜਾਇਜ਼ਾ ਸਾਹਿਬ ਨੇ ਸਾਡੀਆਂ ਗੱਲਾਂ ਸੁਣ ਕੇ ਦੇਖ ਕੇ ਤੁਰਤ ਸਾਹਿਬ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਸੀ। ਅੱਜ ਉਹਨਾਂ ਨੇ ਸਪਸ਼ਟੀਕਰਨ ਦੇ ਤਾ ਅਤੇ ਉਹ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀ ਉਹਨਾਂ ਨੇ ਪ੍ਰਵਾਨ ਕਰ ਲਈਆਂ। ਉਹਨਾਂ ਨੇ ਮੰਨ ਲਿਆ ਵੀ ਵਾਕਈ ਉਹਨਾਂ ਤੋਂ ਗਲਤੀਆਂ ਹੋਈਆਂ, ਵਾਕਈ ਕਿਤਾਈਆਂ ਹੋਈਆਂ, ਲਾਪਰਵਾਹੀਆਂ ਹੋਈਆਂ, ਉਹਨਾਂ ਨੇ ਆਪਣੀ ਝੋਲੀ 'ਚ ਪਾਈਆਂ। ਹੁਣ ਅੱਗੇ ਜਥੇਦਾਰ ਸਾਹਿਬਾਨ ਕੀ ਐਕਸ਼ਨ ਲੈਂਦੇ ਨੇ? ਇੱਕ ਤਾਂ ਇਹ ਸਵਾਲ ਆ, ਇੱਕ ਨਵੀਆਂ ਗੱਲਾਂ ਸਾਹਮਣੇ ਆ ਗਈਆਂ, ਜਦ ਤੋਂ ਬਾਅਦ ਨਵੇਂ ਸਵਾਲ ਖੜ੍ਹੇ ਹੋ ਗਏ, ਜਦ ਤੋਂ ਬਾਅਦ ਆ ਡੇਰਾ ਸਰਸਾ ਵਾਲ ਨਾਲ ਲੁਕਵੀਂ ਸਾਂਝ ਜਿਹੜੀ ਉਹ ਜਗ ਜ਼ਾਹਰ ਹੋ ਗਈ। ਔਰ ਫਿਰ ਉਹ ਸਾਂਝ ਕਰਾਉਣ ਦੇ ਵਿੱਚ, ਵਿਚੋਲਗੀ ਕਰਨ ਦੇ ਵਿੱਚ, ਚਿੱਠੀਆਂ ਆਦਾਨ ਪ੍ਰਦਾਨ ਕਰਨ ਦੇ ਵਿੱਚ, ਚਿੱਠੀਆਂ 'ਚ ਤਬਦੀਲੀਆਂ ਕਰਨ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲਾ ਇੱਕ ਵਿਅਕਤੀ ਪ੍ਰਦੀਪ ਕੁਮਾਰ ਕਲੇਰ ਨਾਂ ਦਾ, ਉਹਨੂੰ ਵਰਤਿਆ ਗਿਆ। ਅਤੇ ਉਹ ਹੁਣ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਮੇਰਾ ਖਿਆਲ ਪਰਦਾਫੋਸ਼ੀ ਤਾਂ ਹੋ ਨਹੀਂ ਸਕਦੀ। ਹੁਣ ਲੁਕੋ ਤਾਂ ਕੋਈ ਸਕਦਾ ਨਹੀਂ। ਹੁਣ ਇਹ ਇਲਜ਼ਾਮ ਲਾ ਕੇ ਕਿਸੇ 'ਤੇ ਕੋਈ RSS ਦਾ ਜੀ, ਕੋਈ BJP ਦੀ ਸਾਜ ਦਾ, ਕੋਈ ਨਾਗਪੁਰ ਤੋਂ ਆ ਜੀ, ਕੋਈ ਇਹੋ ਜਿਹੀਆਂ ਗੱਲਾਂ ਕਰਕੇ ਮਿੱਟੀ ਨਹੀਂ ਪਾਈ ਜਾ ਸਕਦੀ। ਇਹ ਤਾਂ ਹੁਣ ਸਪਸ਼ਟੀਕਰਨ ਦੇਣਾ ਹੀ ਪਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਲੋਕਾਂ ਨੂੰ ਕਿਵੇਂ ਵਿਚੋਲੇ ਬਣਾ ਕੇ, ਕਿਵੇਂ ਮਤਲਬ ਸਰਸਿਆਂ ਨੂੰ ਮਾਫ਼ੀ ਦਵਾਉਣ ਦੇ ਵਿੱਚ ਰੋਲ ਅਦਾ ਕਰਾਏ ਗਏ, ਸਾਂਝਾਂ ਪਾਈਆਂ ਗਈਆਂ। ਉਹ ਹੁਣ ਜਥੇਦਾਰ ਸਾਹਿਬਾਨਾਂ ਦੇ ਸਾਹਮਣੇ ਵੀ ਹੁਣ ਇਹ ਗੱਲਾਂ ਸਾਹਮਣੇ ਆ ਗਈਆਂ। ਹੁਣ ਇਹਨਾਂ 'ਤੇ ਕੋਈ ਲੁਕਵੀਂ ਜਾਂ ਪਰਦਾਪੋਸ਼ੀ ਨਹੀਂ ਹੋ ਸਕਦੀ। ਅੱਜ ਵੀ ਬਹੁਤ ਸਾਰੇ ਮੈਂਬਰ ਸਾਹਿਬਾਨ, ਬੜੀਆਂ ਸੰਸਥਾਵਾਂ ਨੇ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਗੱਲ ਕੀਤੀ ਆ, ਇਹ ਨਵੇਂ ਸਵਾਲ ਖੜ੍ਹੇ ਹੋਏ ਨੇ ਜਿਹੜੇ, ਇਹਨਾਂ 'ਤੇ ਜ਼ਰੂਰ ਐਕਸ਼ਨ ਲਓ। ਅੱਛਾ, ਜਿਹੜੀ ਚਿੱਠੀ 'ਚ ਉਹਨਾਂ ਨੇ ਜੋ ਕੁਛ ਲਿਖਿਆ ਵੀ ਜੋ ਸਰਕਾਰ 'ਚ ਰਹਿੰਦਿਆ ਜੋ ਕੁਛ ਵੀ ਹੋਇਆ, ਜੋ ਪਾਰਟੀ ਪੱਧਰ 'ਤੇ ਹੋਇਆ, ਸਾਰੇ ਮੈਂ ਜ਼ਿੰਮੇਵਾਰੀ ਲੈਣਾ, ਮੈਂ ਸਕੀਮਾਂ ਦਾ ਜੱਜ ਹੈ, ਤੁਸੀਂ ਸਹਿਮਤ ਹੋ? ਤੁਹਾਨੂੰ ਲੱਗਦਾ ਵੀ ਇਹ ਪ੍ਰੈਸ਼ਰ ਜਿਹੜਾ ਪਾਇਆ ਗਿਆ ਸੀ ਉਹਦਾ ਕਰਕੇ ਮਜਬੂਰ ਹੋਏ ਆ, ਜਾਂ ਵੈਸੇ ਹੀ ਉਹਨਾਂ ਨੇ? ਨਾ, ਵੈਸੇ ਤਾਂ ਕਰਨਾ ਹੁੰਦਾ ਪਹਿਲਾਂ ਹੀ ਨਾ ਕਹਿ ਦਿੰਦੇ, ਵੈਸੇ ਤਾਂ ਜੇ ਕਰਨਾ ਹੁੰਦਾ ਪਹਿਲਾਂ ਹੀ ਕਹਿ ਦਿੰਦੇ। ਹੁਣ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਇਹਦੇ ਬਿਨਾਂ ਸਰਨਾ ਨਹੀਂ, ਪਰ ਨਾਲ ਹੁਣ ਉਹਨਾਂ ਨੂੰ ਇਹ ਵੀ ਮੰਨ ਲੈਣਾ ਚਾਹੀਦਾ ਵੀ ਜੋ ਹੁਣ ਪਰਦਾਫੋਸ਼ੀ ਨਾ ਕਰਨ, ਹੁਣ ਜੋ ਭਾਵੇਂ ਉਹਨਾਂ ਨੇ ਜਾਣੇ ਅਣਜਾਣੇ ਜੋ ਵੀ ਉਦੋਂ ਉਹਨਾਂ ਨੂੰ ਵਿਚੋਲੇ ਬਣਾ ਕੇ ਸਰਸਿਆਂ ਨਾਲ ਸਾਂਝ ਪਾ ਕੇ ਅੱਜ ਦੁਨੀਆ ਭਰ ਦੇ ਵਿੱਚ ਨਾਨਕ ਨਾਮ ਲਿਆ ਲੋਕਾਂ ਦੇ ਹਿਰਦੇ ਬਲੁੱਦਰੇ ਨੇ, ਉਹਦਾ ਹੁਣ ਜਵਾਬ ਉਹਨਾਂ ਨੂੰ ਦੇਣਾ ਹੀ ਪਏਗਾ। ਉਹ ਗੱਲ ਤੋਂ ਲੁਕੋ ਹੀ ਨਹੀਂ ਜਾ ਸਕਦਾ। ਜਿਹੜੀ ਵਰਕਿੰਗ ਕਮੇਟੀ ਬਣੀ ਹੈ 23 ਮੈਂਬਰੀ, ਉਹਨੂੰ ਕਿਵੇਂ ਦੇਖਦੇ ਹੋ ਕੱਲ੍ਹ? ਮੈਂ ਸਮਝਦਾ ਉਹਦਾ ਤਾਂ ਜਵਾਬ ਉਹੀ ਦੇਣ ਵੀ ਸਿਰਫ ਜੇ ਕੋਈ ਬੰਦਾ ਉਹਨਾਂ ਨੂੰ ਰੋਕਣ ਵਾਲਾ, ਟੋਕਣ ਵਾਲਾ, ਸਹੀ ਰਾਹ 'ਤੇ ਚਲਾਉਣ ਲਈ ਦਲੀਲ ਦੇਣ ਵਾਲਾ, ਜੇ ਉਹਨਾਂ ਨੂੰ ਕੱਢਣ ਦਾ ਮਨਸਾ ਸੀ ਪਹਿਲੀ ਕਮੇਟੀ ਤੋੜਨਾ, ਤਾਂ ਵਧਾਈ ਉਹਨਾਂ ਨੂੰ, ਅਤੇ ਜਾਂ ਫਿਰ ਆਪਣੇ ਪਰਿਵਾਰ ਦੇ ਬੰਦੇ ਐਡਜਸਟ ਕਰਨੇ ਸੀ ਤਾਂ ਵਧਾਈ ਉਹਨਾਂ ਨੂੰ। ਸੋ ਮੇਰਾ ਖਿਆਲ ਆ ਵੀ ਗੱਲ ਕਮੇਟੀਆਂ ਬਣਾਉਣ ਅਤੇ ਤੋੜਨ ਦੇ ਨਾਲ ਨਹੀਂ ਗੱਲ ਸਰਨੀ, ਗੱਲ ਤਾਂ ਉੱਥੇ ਮੁੱਕਣੀਆਂ ਜਿੱਥੇ ਮੁੱਕੇਗੀ। ਗੱਲ ਤਾਂ ਲੋਕ ਕੀ ਚਾਹੁੰਦੇ ਨੇ, ਲੋਕ ਤਾਂ ਕਹਿੰਦੇ ਨੇ ਸਰ ਸੁਖਬੀਰ ਸਿੰਘ ਬਾਦਲ ਤਿਆਗ ਦਿਖਾਉਣ, ਲੋਕ ਤਾਂ ਚਾਹੁੰਦੇ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋਣ, ਅਤੇ ਲੋਕ ਕੁਛ ਚਾਹੁੰਦੇ ਨੇ, ਇਹ ਕੁਛ ਚਾਹੁੰਦੇ ਨੇ, ਫਿਰ ਮਸਲਾ ਕਿੱਥੇ ਹੱਲ ਹੋਊਗਾ? ਉਹ ਲੋਕਾਂ ਦੀ ਭਾਵਨਾ ਨੂੰ ਉਹਨਾਂ ਨੂੰ ਜ਼ਰੂਰ ਕਦਰ ਕਰਨੀ ਚਾਹੀਦੀ ਹੈ, ਪਹਿਲੇ ਦਿਨ ਤੋਂ ਹੀ ਅਸੀਂ ਇਹ ਕਹਿ ਰਹੇ। ਅੱਛਾ, ਅੱਜ ਜਿਹੜੇ ਸੈਮੀਨਾਰ 'ਚ ਬੜੀ ਚਰਚਾ ਹੋ ਰਹੀ ਸੀ, ਜੋ ਬਾਈਡਨ ਦੀ ਤੁਸੀਂ ਗੱਲ ਕੀਤੀ, ਕਮਲਾ ਹੈਰਿਸ ਦੀ ਗੱਲ ਕੀਤੀ, ਤੁਲਨਾ ਜਿਹੜੀ ਤੁਸੀਂ ਕਰ ਰਹੇ ਸੀ ਸੁਖਬੀਰ ਬਾਦਲ ਨਾਲ, ਉਹ ਕੀ ਇੱਕ ਮੈਸੇਜ ਦੇਣਾ? ਨਹੀਂ, ਗੱਲ ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਵੀ ਜੇ ਹੁਣ ਕਾਂਗਰਸ ਹੀ ਇਹਨੂੰ ਖੜਗੇ ਸਾਹਿਬ ਨੂੰ ਪ੍ਰਧਾਨ ਬਣਾ ਕੇ ਦੁਗਣੀਆਂ ਸੀਟਾਂ ਵਧਾ ਸਕਦੇ ਨੇ, ਹਾਂਜੀ, ਜੋ ਬਾਈਡਨ ਪਰੇ ਹੋ ਸਕਦੇ ਨੇ, ਅਤੇ ਸਰ ਸੁਖਬੀਰ ਸਿੰਘ ਬਾਦਲ ਜੇ ਪਰੇ ਹੋ ਜਾਣਗੇ ਤਾਂ ਪਾਰਟੀ ਵੱਧ ਜਾਏਗੀ, ਪੰਥ ਵੱਧ ਜਾਏਗਾ, ਪੰਜਾਬ ਵੱਧ ਜਾਏਗਾ। ਜੇ ਅੜੀ ਰਹੀ, ਜਿੱਤ ਰਹੀ, ਤਾਂ ਤਬਾਹੀ ਅਤੇ ਬਰਬਾਦੀ ਨੂੰ ਕੋਈ ਰੋਕ ਨਹੀਂ ਸਕਦਾ।
ਅੱਛਾ ਇੱਕ ਤੁਸੀਂ ਕਹਾਣੀ ਵੀ ਸੁਣਾ ਰਹੇ ਸੀਗੇ ਵੀ ਉਸ ਪਿੰਡ ਦੇ ਮੁੰਡੇ ਦੀ ਕਹਾਣੀ ਸੁਣਾ ਰਹੇ ਸੀਗੇ ਉਹ ਵੀ ਅਸੀਂ ਨਹੀਂ ਨਹੀਂ ਮੈਂ ਤਾਂ ਇਹੀ ਗੱਲ ਕਹੀ ਸੀ ਵੀ ਹੁਣ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਜੋ ਅੱਜ ਸਤਿਗੁਰ ਸਿੰਘ ਬਾਦਲ ਹੋਣਾ ਨੇ ਗੱਲ ਮੰਨੀ ਆ ਤੇ ਇਹੀ ਪੰਥ ਚਾਹੁੰਦਾ ਸੀ ਵੀ ਉਹਨਾਂ ਨੂੰ ਇਹਨਾਂ ਗੱਲਾਂ ਲਾਪਰਵਾਹੀਆਂ ਕਿੱਦਾਂ ਜਿਹੜੀਆਂ ਹੋਈਆਂ ਇਸੇ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਪਰ ਆਹ ਗੱਲਾਂ ਜਿਹੜੀਆਂ ਬਾਅਦ 'ਚ ਹੋਰ ਨਵੀਆਂ ਆ ਗਈਆਂ ਇਹ ਸੱਚ ਹੋਰ ਉਜਾਗਰ ਹੋ ਗਏ ਇਹਨਾਂ ਦਾ ਵੀ ਨਾਲ ਹੀ ਜਵਾਬ ਦੇਣਾ ਪਏ। ਅੱਛਾ ਜਿਹੜਾ ਬਠਿੰਡੇ ਇਕਲੌਤੀ ਸੀਟ ਜਿੱਤੀ ਅਕਾਲੀ ਦਲ ਤੁਸੀਂ ਹੁਣ ਇਹ ਵੀ ਜਾਂਦਿਆਂ ਦੇ ਐਲਾਨ ਕੀਤਾ ਵੀ ਇਹਨਾਂ ਦੇ ਘਰ 'ਚ ਅੱਗ ਬਾਲਾਂਗੇ ਅਸੀਂ ਇੱਕ ਵੱਡਾ ਉੱਥੇ ਵੀ ਸੈਮੀਨਾਰ ਰੱਖ ਰਹੇ ਹਾਂ ਉਹ ਕੀ ਪਲੈਨਿੰਗ ਆਉਣ ਵਾਲੇ ਸਮੇਂ 'ਚ ਜਿਹੜੀਆਂ ਉਹ ਆਉਣ ਵਾਲੇ ਸਮੇਂ 'ਚ ਅਸੀਂ ਸੈਮੀਨਾਰ ਕਰਨੇ ਆ ਤੇ ਅਸੀਂ ਸੈਮੀਨਾਰ ਜਿਹੜਾ ਇਕੱਲਾ ਅੱਜ ਵਾਲਾ ਹੀ ਨਹੀਂ ਹੋਰ ਵੀ ਸੈਮੀਨਾਰ ਕਰਾਂਗੇ ਬਠਿੰਡੇ 'ਚ ਵੀ ਕਰਾਂਗੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।